ਆਕਾਸ਼ਵਾਨੀ ਜੰਮੂ ਹੈ ਇਸ ਪੇਲੇ ਦੀਆਂ ਖਬਰਾਂ ਕਰਨੇ ਮੈਂ ਪੂਨਮ ਟੋਕਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਨੇ ਅੱਜ ਉੱਤਰ ਪ੍ਰਦੇਸ਼ ਦੇ ਸਹੀਬਾਬਾਦ ਥਾਮਾ ਪਰ ਦੀ ਪਹਿਲੀ ਇਲਾਕਾਈ ਰੇਲ ਰੈਪਿਡੈਕਸ ਦਾ ਉਦਘਾਟਨ ਕੀਤਾ ਇਹਦੇ ਪਹਿਲੇ ਗੇਟ ਚ 17 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਗ ਜਿਹਦੇ ਚ ਸਹੀਬਾਬਾਦ ਗਾਜ਼ੀਆਬਾਦ ਗੁਲਦਰ ਦੁਹਾਈ ਤੇ ਦੁਹਾਈ ਡਿਪੋ ਸਨ ਕੁੱਲ 5 ਸਟੇਸ਼ਨ ਸ਼ਾਮਿਲ ਨਾ ਟ੍ਰੇਨਾਂ 15 ਮਿੰਟੇ ਦੇ ਬਖਵੇਂ ਉੱਪਰ 160 ਕਿਲੋਮੀਟਰ ਪ੍ਰੀ ਘੰਟੇ ਦੀ ਰਫ਼ਤਾਰ ਕਰਨੇ ਚੱਲਣਗਣ ਰੈਪਿਡੈਕਸ ਸਟ੍ਰੇਨਜ ਚ 6 ਡੱਬੇ ਨੇ ਤੇ ਇਹਦੀ ਸਮਰਤਾ ਤਕਰੀਬਨ 1700 ਯਾਤਰੀਆਂ ਕੀ ਲਈਏ ਜਾਣ ਦੀ ਹੈ ਇਹਦੇ ਚ ਇੱਕ ਕੋਚ ਮਹਿਲਾ ਯਾਤਰੀਆਂ ਲਈ ਵੀ ਅਰਕਸ਼ਿਤ ਕੀਤਾ ਗਿਆ ਆਮ ਲੋਕਾਂ ਲਈ ਇਹਦੀ ਸੇਵਾ ਕਲਥਮਾ ਸ਼ੁਰੂ ਹੋਈ ਜਾਗ ਛਿੜਕ ਤੇ ਆਏ ਬੇ ਕੇਂਦਰੀ ਮੰਤਰੀ ਨਿਤਿਨ ਗੜਕਰੀਓ ਰਹੇ ਕਲ ਅਮਰਤਸਰ ਚ ਦਿੱਲੀ ਅਮਰਤਸਰ ਕਟੜਾ ਐਕਸਪ੍ਰੈਸ ਵੇ ਲਈ ਸਾਈਟ ਦਾ ਨਿਰੀਖਣ ਕੀਤਾ ਇਹ ਯੋਜਨਾ ਪੰਜਾਬ ਰਾਜ ਚ ਭਾਰਤ ਮਾਲਾ ਪ੍ਰੋਜੈਕਟ ਦਾ ਹਿੱਸਾ ਹੈ 679 किलोमीटर لمبے ਐਕਸਪ੍ਰੈਸਵੇ ਉੱਪਰ ਅੰਦਾਜ਼ਨ 39486 ਕਰੋੜ ਰੁਪਏ ਦਾ ਖਰਚੋਗ ਤੇ ਇਹ ਪ੍ਰਯੋਜਨਾ ਰਾਸ਼ਟਰੀ ਰਾਜਧਾਨੀ ਦਿੱਲੀ ਕੀ ਪੰਜਾਬ ਤੇ ਜੰਮੂ ਕਸ਼ਮੀਰ ਕਨੇ ਜੋੜਗ ਇਹ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਸਨੇ ਔਰ ਦੂਏ ਮੁੱਖ ਸਿੱਖ ਧਾਰਮਿਕ ਥਾਰੇਂ ਕੀ ਕਟਰਾ ਚਮਾਤਾ ਬਾਸ਼ਨੋ ਦੇਵੀ ਉਂਦੇ ਪਵਿੱਤਰ ਮੰਦਰ ਕਨੇ ਜੋੜਗ ਐਕਸਪ੍ਰੈਸਵੇ ਦਿੱਲੀ ਸ਼ਾ ਕਟੜਾ ਦੇ ਬਿਸ਼ਕਾਰ ਦੇ ਛਿੰਡੇਗੀ ਤਕਰੀਬਨ ਠੁੰਜਾ ਕਿਲੋਮੀਟਰ ਤੱਕ ਰਕਟਾਈ ਦੇਗਾ ਜਿਹਦੇ ਕਰੀ ਯਾਤਰੀ 7 ਘੰਟੇ ਦੇ ਅੰਦਰ ਦਿੱਲੀ ਸ਼ਾ ਕਟੜਾ ਪਹੁੰਚੀ ਜਗਨ ਜੰਮੂ ਕਸ਼ਮੀਰ ਪੰਜਾਬ ਹਰਿਆਣਾ ਤੇ ਮਾਝਿਲ ਪ੍ਰਦੇਸ਼ ਦੇ ਉਦਯੋਗਿਕ ਤੇ ਵਪਾਰਿਕ ਕੇਂਦਰੇ ਲਈ ਇਸ ਪੈਲ ਕਦਮੇ ਕਰੀ ਬੜਾ ਮਤਾ ਆਰਥਿਕ ਲਾ ਅਸਲੋਈ ਸਕੋਗ ਅਜ ਬੜਲੇ ਚ ਜਰਕੋਟਲੀ ਦੇ ਇੱਕ ਟਰੱਕ ਦੇ ਛਿੜਕੇ ਥਮਾ ਰੁਲਕੀਆ ਖੱਡ ਚ ਪਈ ਜਾਣੇ ਕਰੀ ਟਰੱਕ ਦੇ ਡਰਾਈਵਰ ਸਨ ਉਹਦੇ ਚ ਸਵਾਰ ਤਰਹੁ ਜਨੇ ਦੀ ਮੌਤ ਹੋਈ ਗਈ ਇਆცა ਉਸ ਲੇਵਾ ਜਿਸਲੇ ਟਰੱਕ ਦਾ ਡਰਾਈਵਰ ਆਪਣਾ ਸੰਤੁਲਨ ਗੁਆイ ਬੈਠਾ ਤੇ ਟਰੱਕ ਛਿੜਕੇ ਥਾਂ ਮਰੁਲਕੀ 70 80 ਫੁੱਟ ਡੂੰਗੀ ਖੱਡ ਚ ਜਾ ਪਿਆ ਸੇਬੇਨਾ ਪਰੇ ਦਾ ਇਹ ਟਰੱਕ ਕਸ਼ਮੀਰ ਥਾਂ ਜੰਮੂ ਜਾ ਰਦਾ ਹਾ ਆਜ ਸੇ ਮਗਰਾ ਤੁਰਤ ਰਾਹਤ ਤੇ ਬਚਾਅ ਅਭਿਆਨ ਸ਼ੁਰੂ ਹੋ ਗਿਆ ਮਾਰੇਗੇ ਦੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਸੂਚਨਾ ਤੇ ਪ੍ਰਸ਼ਾਸਨ ਮੰਤਰਾਲੇ ਤੇ ਇਹਦੇ ਕਨੇ ਜੁੜੇ ਦੇ ਔਰ ਦੂਆਂ ਦਫਤਰਾਂ ਚ ਵਿਸ਼ੇਸ਼ ਅਭਿਆਨ ਦਾ ਤਰੀਆ ਗੇੜ ਸੁਚਾਰੂ ਟੰਗਾ ਕਨੇ ਚਲਾਰਦਾ ਅਜੇ ਤੱਕ 368 ਆਊਟਰ ਅਭਿਆਨ ਚਲਾਏ ਗਏ ਨੇ ਤੇ 592 ਥਾਰੇ ਕੀ ਸਾਫ ਵੀ ਕੀਤਾ ਗਿਆ ਦਾ 5000 ਕਿਲੋ ਸ਼ਾ ਮਤੇ ਕਚਰੇ ਦਾ ਨਿਬੜਾ ਵੀ ਕੀਤਾ ਗਿਆ ਤੇ 13441 ਫਾਈਲਾਂ ਦੀ ਸਮੀਖਿਆ ਤੇ 941 ਈ ਫਾਈਲਾਂ ਗੀ ਬੰਦ ਕਰਨੇ ਦੀ ਵੀ ਪਛਾਣ ਕੀਤੀ ਗਈ ਹੈ ਮੰਤralay અભિયાન ਦੇ ਪ੍ਰਚਾਰ ਲਈ સોਸ਼ਲ ਮੀਡੀਆ ਤੇ ਔਰਦੂਏ ਮੰਚੇ ਦਾ ਇਸਤੇਮਾਲ ਕਰਦਾ ਹੈ ਜਾਗਰੂਕਤਾ 기 ਬੜਾਵਾ ਦੇਣੇ ਤੇ ਸਵੱਛਤਾ ਦਾ ਸਨਿਆਹ ਫਿਲਾਣੇ ਲਈ ਮੰਤralay ਦੇ ਅਧਿਕਾਰਿਕ સોਸ਼ਲ ਮੀਡੀਆ ਹੈਂਡਲਸ ਨੇ ਤੇ ਔਰਦੂਏ ਮਾਧਮੇ ਰਾਏ 300 ਸ਼ਾਮਤੇ ਪੋਸਟ ਕੀਤੇ ਗੇਨ ਭਾਰਤ ਨੇ ਇੱਕ ਬਰੀ ਪਰਤੀਏ ਚੀਨ ਦੇ ਬੈਲਟ ਤੇ ਰੋਡ ਇਨੀਸ਼ੀਏਟਿਵ BRID बियाराई ਦੇ ਪ੍ਰਤੀ ਆਪਣਾ ਰੋਜ਼ਾਰ ਕੀਤਾ ਕਿ ਜੇ ਇਸ ਪ੍ਰਯੋਜਨਾ ਜਨ ਅਮੀ ਦਿੱਲੀ ਦੀ ਸੰਪ੍ਰਭੂਤਾ ਤੇ ਖੇਤਰੀ ਅਖੰਡਤਾ ਲਈ ਸਨਮਾਨ ਦੀ ਕਮੀ ਹੈ ਵਿਦੇਸ਼ ਮੰਤਰਾਲੇ ਦੇ ਪ੍ਰਵਕਤਾ ਅਰਿੰਦਮ ਬਾਗਚੀ ਹੋਰੇ ਗਲਾਇਆ ਜੇ ਪਹਿਲੇ ਦੇ ਉਲਟ ਇਸ ਬਰੇ ਚੀਨ ਨੇ ਪਾਰਦਗੀ ਬੈਲਟ ਤੇ ਰੋਡ ਫੋਰਮ ਲਈ ਸਦਾ ਨਹੀਂ ਦਿੱਤਾ ਸੁਪਰੀਮ ਕੋਰਟ ਨੇ ਸਭਨੇ ਰਾਜੇ ਦੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੇ ਪ੍ਰਧਾਨ ਸਚਿਵਾਂ ਦੀ ਕੰਮ ਕਰਨ ਵਾਲੀ ਥਾਰਿਆਂ 'ਚ ਯੋਨ ਉਤਪੀੜਨ ਰੋਕਥਾਮ ਇhtiyat ਤੇ ਨਿਵਾਰਨ ਅਧਿਨਿਯਮ ਦੀ ਅਮਲ ਆਵਰੀ ਦੀ ਨਿਗਰਾਨੀ ਲਈ 14 ਹਫ਼ਤੇ ਦੇ ਅੰਦਰ ਹਰ ਇੱਕ ਜ਼ਿਲ੍ਹੇ 'ਚ ਇੱਕ ਅਧਿਕਾਰੀ ਦੀ ਨਿਯੁਕਤੀ ਦੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਨੇ ਨਾਇ ਮੁਰਤੀ ਆਸ ਰਵਿੰਦਰ ਭੱਟ ਤੇ ਦੀਪੰਕਰ দত্তਾਂ ਦੀ ਪੀਠ ਨੇ ਹਰੇਕ ਰਾਜ ਚ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਗੇ ਨਿਰਦੇਸ਼ ਦਿੱਤੇ ਨੇ ਜਿਉ ਪੋਸ਼ ਅਧਿਨਿਯਮ ਤਾਤ ਮਦਦ ਤੇ ਨਿਗਰਾਨੀ ਲਈ ਵਿਭਾਗ ਅੰਦਰ ਇੱਕ ਨੋਡਲ ਵਿਅਕਤੀ ਦੀ ਪਛਾਣ ਕਰਨੇ ਬਾਰੇ ਵਿਚਾਰ ਕਰੇ ਅੱਜ ਸ਼ਾਰਦੀਆ ਨਰਾਤੇ ਦਾ ਛੇਮਾ ਦਿਨ ਹੈ ਅੱਜ ਦੇ ਦਿਨ ਮਾਤਾ ਦੁਰਗਾ ਦੇ ਕਾਤਾਨੀ ਰੂਪ ਦੀ ਪੂਜਾ ਕੀਤੀ ਜਾਂਦੀ ਹੈ ਇਹ ਦੇਵੀ ਦੁਰਗਾ ਹੁੰਦਾ ਛੇਮਾ ਰੂਪ ਹੈ ਏ ਬਾਦਰੀ ਜਿੱਤ ਗਿਆਨ ਤੇ ਸਦਭਾਵ ਦੀ ਭਾਵਨਾ ਦਾ ਪ੍ਰਤੀਨਿਧਿਤਵ ਕਰਦਾ ਮਾਤਾ ਕਾਇਤਾਈ ਨਹੀਂ ਹੁੰਦਾ ਇਹ ਸਰੂਪ ਦੇਵੀ ਦੁਰਗਾ ਦੇ ਉਗਰੂ ਰੂਪ ਦਾ ਵੀ ਪ੍ਰਤੀਕ ਹੈ ਭਾਰਤ ਨੇ ਮੈਰੀਟਾਈਮ ਅਮਰਤਕਾਲ ਵਿਜ਼ਨ 2047 ਲਈ ਤਰ੍ਹਾਂ ਦਿਨੇ ਦੇ ਅੰਦਰ 10 ਲੱਖ ਕਰੋੜ ਰੁਪਏ ਸ਼ਾਮ ਮਤੇਦਾਨ ਨਿਵੇਸ਼ ਅਸਲ ਕੀਤਾ ਹੈ ਪਾਰਾ ਦਾ ਕੁਲ ਸੰਸਾਰੀ ਸਮੁੰਦਰੀ ਸਿਖਰ ਸੰਮੇਲਨ 2023 ਜਿਹੜਾ ਦੁਨੀਆ ਦੇ ਸਭਨੇਸ਼ਾ ਵੱਡੇ ਸਮੁੰਦਰੀ ਸਿਖਰ ਸੰਮੇਲਨ ਸੰਮੇਲਨ ਨੇ ਸ਼ਾਇਕਾ ਨੇ ਤ੍ਰਉਂ ਰੋਜ਼ਾ ਕਾਰਜਕਰਮ ਦੌਰਾਨ 10 ਲੱਖ ਕਰੋੜ ਰੁਪਏ ਦਾ ਨਿਵੇਸ਼ ਅਸਲ ਕੀਤਾ। ਕੱਲ ਸੰਪਨ ਹੋਏ ਦੇ ਇਸ ਸਿਖਰ ਸੰਮੇਲਨ ਦੇ ਤ੍ਰਉਂ ਦਿਨ ਦੇ ਸਮੁੰਦਰੀ ਖੇਤਰ ਦੇ ਮੱਤਪੁਰਨ ਪਾਲ ਨੂੰ ਪਰ ਵਿਚਾਰ ਚਾ ਕੀਤੀ ਗਈ। ਇਹ ਦੇ ਕਨੇਗੇ ਇਸ ਬੇਲੇ ਦਾ